ਜੇ ਗੱਲ ਕਰ ਲਈਏ ਪੰਜਾਬ ਦੀ, ਜਿਹੜੀ ਪੰਜਾਬ ਦੇ ਵਿੱਚ ਦੀ ਨਹਿਰ ਜਾ ਰਹੀ ਹੈ ਰਾਜਸਥਾਨ ਨੂੰ, ਰਾਜਸਥਾਨ ਨੂੰ ਤਾਂ ਰਿਫਾਇਨਰੀ ਦੀਆਂ ਦੋ ਫੈਕਟਰੀਆਂ ਵੱਡੀਆਂ, ਉਹਨਾਂ ਨੂੰ ਰਾਜਸਥਾਨ ਵਾਲੀ ਨਹਿਰ ਦਾ ਪਾਣੀ ਜਾਂਦਾ, ਉਹਨਾਂ ਨੂੰ ਤਾਂ ਪਾਣੀ ਦਿੱਤਾ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ। ਅਤੇ ਇੱਥੇ ਸਾਡੇ ਹਾਲਾਤ ਆ ਜਿਹੜੇ ਇੰਨੇ ਮਾੜੇ ਹੋਏ ਪਏ ਆ, ਸਾਨੂੰ ਤਾਂ ਬਾਈ ਜੀ ਹੁਣ ਫਸਲਾਂ ਦਾ ਘੱਟ ਫਿਕਰ ਆ, ਸਾਨੂੰ ਤਾਂ ਜ਼ਿਆਦਾ ਨਸਲਾਂ ਦਾ ਫਿਕਰ ਬਣਿਆ ਪਿਆ ਕਿ ਅਸੀਂ ਆਪਦੀਆਂ ਨਸਲਾਂ ਕਿਵੇਂ ਜੀਵਤ ਰੱਖਾਂਗੇ। ਪਾਣੀ ਜਿਹੜਾ ਅਸੀਂ ਬਲਾਕ ਦੇ ਵਿੱਚ ਖੜ੍ਹੇ ਹਾਂ ਨਾ, ਮੋਗਾ 2 ਬਲਾਕ 3 ਸਾਲ ਦਾ ਡੇਂਜਰ ਜ਼ੋਨ ਦੇ ਵਿੱਚ ਪਿਆ ਹੋਇਆ, ਅਤੇ 3 ਸਾਲ ਦਾ ਡੇਂਜਰ ਜ਼ੋਨ ਦੇ ਵਿੱਚ ਪਏ ਬਲਾਕ ਨੂੰ ਬਾਅਦ ਸਰਕਾਰ ਦੇ ਕੰਨ 'ਤੇ ਜੂਨ ਹੀ ਸਰਕੀ ਗਈ। ਅੱਜ ਨਹਿਰ ਦੇ ਹਾਲਾਤ ਵੇਖ ਲਓ ਕਿ ਝੋਨਾ ਆਸੇ ਪਾਸੇ ਨਿਗਾਹ ਮਾਰ ਲਓ, ਕਿਤੇ ਇੱਕ ਕਨਾਲ ਵੀ ਝੋਨੇ ਦੀ ਲੱਗੀ ਨਹੀਂ। ਅੱਜ ਇਹ ਕਹਿੰਦੇ ਕਿ ਕਿਸਾਨਾਂ ਨੇ ਪਾਣੀ ਝੋਨੇ ਦੇ ਨਾਲ ਡੂੰਘਾ ਕਰਤਾ। ਕਿਸਾਨ ਕਦੋਂ ਮੰਗ ਕਰਦਾ ਕਿ ਝੋਨਾ ਅਸੀਂ ਲਾਈਏ? ਅਸੀਂ ਤਾਂ ਦੋਨੇ ਹੱਥ ਜੋੜਦੇ ਹਾਂ ਕਿ ਝੋਨੇ ਤੋਂ ਸਾਡਾ ਖੜਾ ਛਡਵਾਓ, ਸਾਨੂੰ ਹੋਰ ਫਸਲਾਂ ਉੱਤੇ ਗਰੰਟੀ ਦਿਓ, ਖਰੀਦ ਗਰੰਟੀ ਦਿਓ, ਅਸੀਂ ਹੋਰ ਫਸਲਾਂ ਬੀਜੀਏ। ਇਸ ਕਰਕੇ ਪੰਜਾਬ ਸਰਕਾਰ ਦੀ ਮਨਸ਼ਾ ਜਿਹੜੀ ਉਹ ਬਾਹਰਲੇ ਸੂਬਿਆਂ ਨੂੰ ਪਾਣੀ ਦੇਣਾ, ਕਾਰਪੋਰੇਟ ਘਰਾਣਿਆਂ ਨੂੰ ਪਾਣੀ ਦੇਣਾ, ਕਾਰਪੋਰੇਟ ਘਰਾਣੇ ਆ ਜਿਹੜਾ ਪੰਜਾਬ ਦਾ ਪਾਣੀ ਖਿੱਚ ਕੇ ਲਈ ਜਾਂਦੇ ਆ, ਜੇ ਰਾਜਸਥਾਨ ਵਾਲੀ ਨਹਿਰ ਦਾ ਪਾਣੀ ਊਂ ਤਾਂ ਇਹ ਕਹਿੰਦਾ ਇਨਕਲਾਬੀ ਆ, ਭਗਤ ਸਿੰਘ ਦੀ ਪੱਗ ਬੰਦ ਆ, ਜੇ ਭਗਤ ਸਿੰਘ ਦਾ ਵਾਰਸ ਆ ਸੱਚੇ ਦਿਲੋਂ ਕਰਕੇ ਵਿਖਾ ਖਾ ਨਹਿਰ ਬੰਦ। ਮੁੱਖ ਮੰਤਰੀ ਆ ਪੰਜਾਬ ਦਾ ਤੂੰ, ਲੰਡੂ ਬੰਦੂ ਨਹੀਂ ਤੂੰ ਵੀ ਕਰ ਨਹੀਂ ਸਕਦਾ, ਤੇਰੇ ਸੈਨਾ ਦੇ ਨਾਲ ਜੋ ਤੂੰ ਸੈਨ ਕਰਦੇ ਹੋ ਤੇਰੇ ਸੈਨ ਚੱਲਣੇ ਆ। ਇਸ ਕਰਕੇ ਭਗਵੰਤ ਮਾਨ ਉਹ ਨਹਿਰ ਬੰਦ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਪਾਣੀ ਦੇਵੇ। ਅੱਜ ਮੋਗਿਆਂ ਦੀ ਥਾਂ 'ਤੇ ਮੋਗੀਆਂ ਬਣਾਤੀਆਂ ਇਹਨਾਂ ਨੇ, ਜਿਹੜਾ ਸਾਡਾ ਪਾਣੀ ਹੈ ਇਸੇ ਨਹਿਰ ਦਾ ਪਹਿਲਾਂ ਸਾਥੀ ਨੇ ਦੱਸਿਆ 250 ਸੀਗਾ, ਉਹ 230 ਕਰਤਾ, ਸਾਡਾ ਪਾਣੀ ਵਧਾਉਣ ਦੀ ਜਗ੍ਹਾ 'ਤੇ ਪਾਣੀ ਘਟਾ ਦਿੱਤਾ। ਜੇ ਮੋਗਿਆਂ ਨੂੰ ਛੋਟੇ ਕਰਕੇ ਇੱਕ ਡਰਾਮਾ ਬਣਾਤਾ ਤਾਂ ਅਸੀਂ ਟੈਲਾਂ ਤੱਕ ਪਾਣੀ ਪਹੁੰਚਾਤਾ, ਕੀ ਪਾਣੀ ਪਹੁੰਚਾਤਾ, ਪਿੱਛੇ ਤਾਂ ਮੋਗਿਆਂ ਤੱਕ ਪਾਣੀ ਨਹੀਂ ਪਹੁੰਚ ਰਿਹਾ। 200-150 ਦੇ ਕਿੱਲੇ ਦੇ ਵਿੱਚ ਇੱਕ ਮੋਗਾ, ਅਤੇ ਉਹਨੂੰ ਮੁੱਢ ਦੇ ਵਿੱਚ ਜਿਹੜੇ 5-7 ਕਿੱਲੇ ਆ ਉਹਨਾਂ ਤੱਕ ਉਹ ਸੀਮਤ ਰਹਿ ਜਾਂਦਾ, ਉਦੋਂ ਅੱਗੇ ਉਹਦੇ ਵਿੱਚ ਸ਼ਮਤਾ ਹੀ ਨਹੀਂ ਹੈ ਕਿ ਉਹ ਪਾਣੀ ਅੱਗੇ ਲੈ ਜਾਵੇ। ਸੋ ਇਸ ਕਰਕੇ ਜਿਹੜੀ ਇਹ ਸਰਕਾਰ ਆ ਬਿਲਕੁਲ ਫੇਲ ਹੋ ਚੁੱਕੀ ਆ। ਇਹ ਸਰਕਾਰ ਦੇ ਕੋਲ ਇੱਕ ਕੰਮ ਜ਼ਰੂਰ ਆ, ਇਹਨੇ ਬਦਲਾਅ ਜਿਹੜਾ ਲਿਆਂਦਾ ਉਹ ਬਦਲਾਅ ਇਹਨੇ ਜ਼ਰੂਰ ਲਿਆਂਦਾ। ਇਹਨੇ 75 ਲੱਖ ਕਰੋੜ ਰੁਪਈਆ ਚੱਕ ਕੇ ਪੰਜਾਬ ਦੇ ਸਿਰ ਬੋਝ ਪਾਇਆ, ਇਹਨੇ ਨਾ ਕੋਈ ਸਕੂਲ ਬਣਾਇਆ, ਨਾ ਇਹਨੇ ਕੋਈ ਸੜਕ ਬਣਾਈ, ਨਾ ਇਹਨੇ ਕੋਈ ਕਾਲਜ ਬਣਾਇਆ, ਨਾ ਇਹਨੇ ਹਸਪਤਾਲ ਬਣਾਇਆ। ਇਹਨੇ ਬਦਲਾਅ ਇੱਕ ਤਾਂ ਇਹ ਲਿਆਂਦਾ, ਇੱਕ ਬਦਲਾਅ ਇਹਨੇ ਇਹ ਲਿਆਂਦਾ ਕਿ ਪੁਰਾਣੇ ਸਕੂਲਾਂ ਨੂੰ ਰੰਗ ਕਰਕੇ ਉਹਨਾਂ ਨੂੰ ਨਵਾਂ ਬਣਾਤਾ, ਅਤੇ ਨਵਾਂ ਬਣਾ ਕੇ ਆਪਣਾ ਲੋਬੋ ਲਾਤਾ। ਪੁਰਾਣੇ ਜਿਹੜੇ ਆਪਣਾ ਅਕਾਲੀ ਦਲ ਦੀ ਸਰਕਾਰ ਮੌਕੇ ਸੁਧਾ ਸੈਂਟਰ ਬਣੇ ਸੀ ਉਹਨਾਂ ਨੂੰ ਰੰਗ ਮਾਰ ਕੇ ਉਹਨਾਂ ਦੇ ਵਿੱਚ ਇਹਨਾਂ ਨੇ ਆਹ ਮਹੱਲਾ ਕਲੀਨਗਾ ਜਿਹੜੇ ਉਹ ਹੀ ਬਣਾਤੇ, ਇਹ ਇਹਨਾਂ ਨੇ ਬਦਲਿਆ। ਫਲੈਕਸ ਬੋਰਡਾਂ ਦੇ ਉੱਤੇ ਪੰਜਾਬ ਦਾ ਪੈਸਾ ਜਿਹੜਾ ਬਰਬਾਦ ਕਰਕੇ ਰੱਖਤਾ, ਅਤੇ ਪੰਜਾਬ ਦੇ ਲੋਕਾਂ ਦੀ ਇਹਨਾਂ ਨੂੰ ਬਿਲਕੁਲ ਵੀ ਸਾਰ ਨਹੀਂ। ਅੱਜ ਪੰਜਾਬ ਦੇ ਲੋਕ ਪਾਣੀ ਵੱਲੋਂ ਤਰ੍ਹਾਂ ਤਰ੍ਹਾਂ ਕਰਦੇ ਪਏ ਆ। ਅੱਜ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਬਹੁਤ ਵੱਡੀ ਸਮੱਸਿਆ, ਜਿੰਨਾ ਚਿਰ ਨਹਿਰਾਂ ਦੇ ਵਿੱਚ ਪਾਣੀ ਫੁੱਲ ਨਹੀਂ ਆਉਂਦਾ ਜਿੰਨਾ ਲੋਕਾਂ ਨੂੰ ਲੋੜ ਆ, ਉਹਨਾਂ ਚਿਰ ਪੰਜਾਬ ਦੇ ਹਾਲਾਤ ਆ ਜਿਹੜੇ ਮੰਦਰੇ ਆ। ਅਤੇ ਅਸੀਂ ਝੋਨੇ ਨੂੰ ਛੱਡਣ ਲਈ ਤਿਆਰ ਹਾਂ। ਸਰਕਾਰ ਅੱਜ ਐਲਾਨ ਕਰੇ ਕਿ ਅਸੀਂ ਆ ਜਿਹੜੀ ਹੋਰਾਂ ਫਸਲਾਂ ਉੱਤੇ ਖਰੀਦ ਗਰੰਟੀ ਦਿੰਦੇ ਹਾਂ, ਮੈਂ ਗਰੰਟੀ ਨਾਲ ਦਾਅਵਾ ਕਰਦਾ 100% ਨਹੀਂ 95%, ਅੱਜ ਹੀ ਪਨੀਰੀਆਂ ਨਾ ਜੱਟ ਵਾਹਣਾਂ ਦੇ ਵਿੱਚ ਵਾਹੁਣ ਅਤੇ ਸਾਨੂੰ ਕਿਸਾਨ ਨਾ ਕਿਹੋ। ਇਸ ਕਰਕੇ ਸਰਕਾਰ ਦੀ ਮਨਸ਼ਾ ਹੀ ਨਹੀਂ ਹੈ, ਸਰਕਾਰਾਂ ਦੀਆਂ ਮਨਸ਼ਾ ਇਹ ਆ ਕਿ ਪੰਜਾਬ ਨੂੰ ਜਿਹੜਾ ਖਤਮ ਕਰ ਦਿਓ।
ਪੰਜਾਬ ਦੇ ਉੱਤੇ ਅੱਖ ਆ ਜਿਹੜੀ ਗਹਿਰੀ ਇਹਨਾਂ ਦੀ, ਉਸ ਅੱਖ ਦਾ ਸ਼ਿਕਾਰ ਅੱਜ ਪੰਜਾਬ ਹੋ ਰਿਹਾ। ਇਸੇ ਪੰਜਾਬ ਨੂੰ ਜਦੋਂ ਜੰਗਾਂ ਲੱਗੀਆਂ, ਇਸੇ ਪੰਜਾਬ ਨੇ ਇਸ ਭਾਰਤ ਨੂੰ ਯਾਦ ਕਰਾਇਆ। ਇਹ ਜਦੋਂ ਇੱਥੇ ਭੁੱਖਮਰੀ ਆਈ, ਉਦੋਂ ਇਸ ਪੰਜਾਬ ਨੇ ਭਾਰਤ ਦੇ ਅਨਾਜ ਭੰਡਾਰ ਆ ਜਿਹੜੇ ਭਰੇ, ਅਤੇ ਅੱਜ ਉਹ ਪੰਜਾਬ ਜਿਹੜਾ ਤਰ੍ਹਾਂ ਕਰਦਾ ਪਿਆ, ਨਾ ਉਹਦੇ ਕੋਲ ਪਾਣੀ ਰਿਹਾ, ਨਾ ਉਹਦੀ ਹਵਾ ਵੀ ਦੂਸ਼ਿਤ ਕਰਾਤੀ। ਇਹਨਾਂ ਦੀ ਹਰੀ ਕ੍ਰਾਂਤੀ ਨੇ ਸਾਡੇ ਭੋਲੇ ਬਾਪੂਆਂ ਨੂੰ ਆਪਦੇ ਜਾਲ ਦੇ ਵਿੱਚ ਪਛਾ ਕੇ ਅੱਜ ਸਾਡੀ ਧਰਤੀ ਆ ਜਿਹੜੀ, ਉਹਦੀਆਂ ਹਿੱਕਾਂ ਚੀਰ ਚੀਰ ਕੇ ਅਸੀਂ ਪਾਣੀ ਧਰਤੀ ਦਾ ਕੱਢ ਲਿਆ, ਹਵਾ ਸਾਡੀ ਪ੍ਰਦੂਸ਼ਿਤ ਹੋ ਗਈ, ਅਤੇ ਸਾਡੀ ਸਾਰ ਲੈਣ ਦੇ ਲਈ ਕੋਈ ਨਹੀਂ। ਉੱਥੋਂ ਸਾਨੂੰ ਅੱਤਵਾਦੀ ਅਤੇ ਵੱਖਵਾਦੀ ਦੱਸਿਆ ਜਾਂਦਾ। ਸੋ ਇਸ ਕਰਕੇ ਅੱਜ ਸਰਕਾਰਾਂ ਨੂੰ ਪੰਜਾਬ ਦੇ ਨਾਲ ਖੜ੍ਹਨਾ ਚਾਹੀਦਾ, ਪੰਜਾਬ ਦੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ। ਨਹੀਂ ਉਹ ਦਿਨ ਦੂਰ ਨਹੀਂ ਜਿੱਦਣ ਇਨਕਲਾਬ ਦਾ ਝੰਡਾ ਜਿਹੜਾ ਬੁਲੰਦ ਹੋ ਜਾਣਾ, ਜਿੱਦਣ ਇਨਕਲਾਬ ਦਾ ਝੰਡਾ ਬੁਲੰਦ ਹੋ ਗਿਆ, ਉੱਦਣ ਇਹਨਾਂ ਸਰਕਾਰਾਂ ਨੂੰ ਭੱਜਣ ਤੋਂ ਸਿਵਾਏ ਹੋਰ ਕੋਈ ਦੂਜਾ ਰਾਹ ਨਹੀਂ ਰਹਿਣਾ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਪੀਲ ਕਰਦੇ ਹਾਂ ਕਿ ਨਹਿਰਾਂ ਦੇ ਮੁੱਦੇ 'ਤੇ, ਨਹਿਰੀ ਮੁੱਦੇ 'ਤੇ ਸਾਨੂੰ ਡਟ ਕੇ ਆਵਾਜ਼ ਆ ਜਿਹੜੀ ਬੁਲੰਦ ਕਰਨੀ ਚਾਹੀਦੀ ਆ। ਜੇ ਅਸੀਂ ਨਸਲਾਂ ਅਤੇ ਫਸਲਾਂ ਬਚਾਉਣੀਆਂ, ਸਾਨੂੰ ਆਵਾਜ਼ ਆ ਜਿਹੜੀ ਬੁਲੰਦ ਕਰਕੇ ਸਰਕਾਰ ਤੋਂ ਮੰਗ ਰੱਖਣੀ ਚਾਹੀਦੀ ਆ ਕਿ ਨਹਿਰਾਂ ਦਾ ਪਾਣੀ ਆ ਜਿਹੜਾ ਸਾਨੂੰ 100% ਦਿੱਤਾ ਜਾਵੇ। ਜਿਹੜਾ ਭਗਵੰਤ ਮਾਨ ਫੋਕੇ ਦਾਅਵੇ ਕਰ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਹਿਤਾ ਕਿ ਮੋਟਰਾਂ ਨਾ ਚਲਾਓ, ਭਗਵੰਤ ਮਾਨਾ ਏਸੀ ਦੇ ਵਿੱਚੋਂ ਬਾਹਰ, ਤੈਨੂੰ ਵਿਖਾਈਏ ਕਿ ਮੋਟਰਾਂ ਕਿਵੇਂ ਨਾ ਚਲਾਈਏ। ਸਾਡੇ ਮੋਗਿਆਂ ਦੇ ਵਿੱਚ ਪਾਣੀ ਨਹੀਂ ਆ ਰਿਹਾ, ਤੂੰ ਗੱਲਾਂ ਕਰਦਾ ਕਿ ਮੋਟਰਾਂ ਬੰਦ ਕਰ ਦਿਓ, ਮੋਟਰਾਂ ਨਾ ਚਲਾਈਏ, ਅਤੇ ਕਦੇ ਨਾਲ ਅਸੀਂ ਫਸਲਾਂ ਬੀਜੀਏ, ਕਦੇ ਨਾਲ ਅਸੀਂ ਫਸਲਾਂ ਪਕਾਈਏ। ਸਾਡੇ ਸਿਰ ਜਿਹੜਾ ਇੰਨਾ ਕਰਜ਼ਾ ਚੜਿਆ ਹੋਇਆ ਉਹ ਇਹਨਾਂ ਖੇਤਾਂ ਤੋਂ ਹੀ ਲੈਣਾ। ਸੋ ਇਸ ਕਰਕੇ ਸਰਕਾਰ ਆ ਜਿਹੜੀ ਬਿਲਕੁਲ ਡਰਾਮੇਬਾਜ਼ ਡਰਾਮਾ ਇਹ ਕਰਦਾ ਰਿਹਾ, ਅਤੇ ਉਹੋ ਹੀ ਡਰਾਮੇ ਆ ਜਿਹੜੇ ਇਹ ਲੋਕਾਂ ਦੇ ਨਾਲ ਕਰ ਰਿਹਾ। ਪਰ ਇਹਨੂੰ ਦੱਸ ਦਿੰਦੇ ਹਾਂ ਕਿ ਹੁਣ ਤੁਹਾਡੇ ਡਰਾਮੇ ਇਹ ਸਮਝਦਾ ਕਿ ਜਿਵੇਂ ਪੁਰਾਣੇ ਮੁੱਖ ਮੰਤਰੀ ਇੱਥੇ ਕੁਛ ਹੋਰ ਕਹਿ ਗਏ, ਉੱਥੇ ਜਾ ਕੇ ਕੁਛ ਹੋਰ ਝੂਠ ਮਾਰਤਾ, ਉਸੇ ਤਰ੍ਹਾਂ ਹੀ ਮੈਂ ਖਾਣੀ ਪੰਜਾਬ ਦੇ ਲੋਕਾਂ ਨੂੰ ਉਸੇ ਤਰ੍ਹਾਂ ਹੀ ਪਾਗਲ ਸਮਝੀ ਜਾਊਂਗਾ, ਝੂਠ 'ਤੇ ਝੂਠ ਮਾਰੀ ਜਾਊਂਗਾ। ਇਹਦੇ ਝੂਠ ਨਹੀਂ ਚੱਲਣ ਦੇ ਨੇ, ਪੰਜਾਬ ਦੇ ਲੋਕ ਸਮਝ ਚੁੱਕੇ ਆ, ਅਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਵਾਜ਼ ਆ ਜਿਹੜੀ ਇੱਕ ਚੰਗਿਆਰੀ ਦੀ ਵਾਂਗੂ ਉੱਚੀ ਉੱਭਰ ਕੇ ਲੋਕਾਂ ਵੱਲੋਂ ਲਿਆਂਦੀ ਜਾਊ। ਇਹ ਸਰਕਾਰ ਦੇ ਗੁਲਾਮੇ ਦੇ ਵਿੱਚ ਹੱਥ ਪਾ ਕੇ ਲੋਕਾਂ ਦਾ ਬਣਦਾ ਪਾਣੀ ਆ ਜਿਹੜਾ ਲੈ ਕੇ ਆਵਾਂਗੇ, ਅਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ, ਭਰਾਵੋ ਨਸਲ ਅਤੇ ਫਸਲ ਪਾਣੀ ਦੇ ਨਾਲ ਬਚਣੀ ਆ। ਸੋ ਪਾਣੀ ਨੂੰ ਬਚਾਉਣ ਦੀ ਜੰਗ ਆ ਜਿਹੜੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਲੰਮੇ ਸਮੇਂ ਤੋਂ ਵੱਡੀ ਆ, ਅਤੇ ਪੂਰੇ ਜਿੰਨੀਆਂ ਜਥੇਬੰਦੀਆਂ ਉਹ ਵੱਡੀ ਪੱਧਰ 'ਤੇ ਆ ਜਿਹੜੀ ਇਸ ਪਾਣੀ ਦੀ ਮੰਗ ਉੱਤੇ ਲੜਾਈ ਆ ਜਿਹੜੀ ਲੜ ਰਹੀਆਂ, ਆਪੋ ਆਪਣੇ ਤਰੀਕੇ ਦੇ ਨਾਲ ਲੜ ਰਹੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਸੰਯੁਕਤ ਮੋਰਚਾ ਵੀ ਹੋ ਸਕਦਾ ਇਹਦੇ ਉੱਤੇ ਕੋਈ ਵੱਡਾ ਐਲਾਨ ਕਰ ਦੇਵੇ, ਪਰ ਅੱਜ ਸਾਨੂੰ ਜਿੰਨੇ ਵੀ ਅਸੀਂ ਪੰਜਾਬ ਦੇ ਵਾਸੀ ਹਾਂ, ਇਸ ਪੰਜਾਬ ਨੇ ਕਿੰਨੀਆਂ ਸਾਡੀਆਂ ਪੀੜ੍ਹੀਆਂ ਪਾਲੀਆਂ, ਇਹ ਸਰਕਾਰਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ। ਤੁਹਾਡਾ ਨਾਂ ਬਣਿਆ ਇਸ ਪੰਜਾਬ ਤੋਂ, ਸੇਖੋਂ ਬਰਾੜ ਗਿੱਲ ਕਿਹਨੇ ਬਣਾਇਆ, ਇਸ ਪੰਜਾਬ ਨੇ ਬਣਾਇਆ। ਇਸ ਪੰਜਾਬ ਦੀ ਤੁਹਾਨੂੰ ਬਹੁਤ ਵੱਡੀ ਦੇਣ ਆ, ਜਿਹੜੇ ਪੰਜਾਬ ਨੇ ਤੁਹਾਡੀਆਂ 8 ਤੋਂ 10 ਪੀੜ੍ਹੀਆਂ ਪਾਲਤੀਆਂ, 15 ਪੀੜ੍ਹੀਆਂ ਪਾਲਤੀਆਂ, ਅੱਜ ਉਹ ਪੰਜਾਬ ਤੁਹਾਡੇ ਤੋਂ ਕੁਛ ਮੰਗਦਾ, ਅਤੇ ਅਸੀਂ ਆਪਣੇ ਘਰਾਂ ਦੇ ਵਿੱਚ ਵੜ ਕੇ ਬਹਿ ਗਏ ਹਾਂ ਕਿ ਸਾਡੀ ਮੋਟਰ 25 ਦੀ ਆ, ਸਾਨੂੰ ਕੋਈ ਲੋੜ ਨਹੀਂ ਜਾਣ ਦੀ। ਉਹ ਪੰਜਾਬ ਦੇ ਲਈ ਖੜ੍ਹ ਜਾਓ, ਇਹ ਲੋਕੋ ਇਸ ਧਰਤੀ ਮਾਂ ਦੇ ਲਈ ਖੜ੍ਹ ਜਾਓ, ਜਿਹੜੀ ਧਰਤੀ ਮਾਂ ਨੇ ਤੁਹਾਡੀ ਪਛਾਣ ਬਣਾਈ ਆ। ਅੱਜ ਉਹ ਧਰਤੀ ਮਾਂ
ਕਰਲਾਉਂਦੀ ਆ, ਪਿੱਟਦੀ ਆ ਕਿ ਪੰਜਾਬ ਦੇ ਲੋਕ ਮੇਰੀ ਕੁੱਖ ਆ ਜਿਹੜੀ ਬਿਲਕੁਲ ਸੁੰਨੀ ਹੋ ਚੁੱਕੀ ਆ, ਮੈਨੂੰ ਸੰਭਾਲ ਲਓ ਪੰਜਾਬ ਦੇ ਲੋਕੋ, ਮੈਨੂੰ ਸੰਭਾਲ ਲਓ, ਉੱਚੀ ਉੱਚੀ ਕਰਲਾ ਲਈ ਆ। ਅਤੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਇਹ ਧਰਤੀ ਮਾਂ ਦੇ ਹੱਕ ਦੇ ਵਿੱਚ ਖੜ ਕੇ ਪੰਜਾਬ ਦਾ ਬਣਦਾ ਪਾਣੀ ਆ ਪੰਜਾਬ ਨੂੰ ਦਵਾਇਆ ਜਾਵੇ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਹ ਗੱਲ ਇਕੱਲੀ ਇੱਕ ਦੋ ਪਿੰਡਾਂ ਦੀ ਨਹੀਂ, ਇਹ ਗੱਲ ਪੂਰੇ ਪੰਜਾਬ ਦੀ ਆ ਅਤੇ ਪੰਜਾਬ ਤੋਂ ਜਿਹੜੇ ਬਾਹਰ ਹੋਰ ਸੂਬੇ ਵੀ ਆ, ਪਾਣੀ ਦੀ ਲੋੜ ਹਰ ਇੱਕ ਨੂੰ ਆ, ਭਾਵੇਂ ਉਹ ਕਿਸੇ ਜਾਤ ਦਾ ਭਾਵੇਂ ਕਿਸੇ ਧਰਮ ਦਾ ਹੋਵੇ। ਪਾਣੀ ਖਿਲਾਫ਼ ਜਿਹੜੀ ਜੰਗ ਸਰਕਾਰ ਨੇ ਵਿੱਢੀ ਹੋਈ ਆ, ਜਿਹੜੀ ਖਿਲਾਫ ਸਾਮਰਾਜਵਾਦ ਨੇ ਵਿੱਢੀ ਹੋਈ ਆ, ਮੈਨੂੰ ਲੱਗਦਾ ਉਹਦੇ ਲਈ ਲੋਕਾਂ ਨੂੰ ਜ਼ਰੂਰ ਸੜਕਾਂ 'ਤੇ ਆਉਣਾ ਚਾਹੀਦਾ। ਦੋ ਚਾਰ ਬੰਦਿਆਂ ਦੀ ਲੜਾਈ ਨਹੀਂ, ਪਾਣੀ ਸਭ ਦੀ ਵੱਡੀ ਲੋੜ ਆ, ਵਾਤਾਵਰਨ ਦੀ ਵੀ ਲੋੜ ਆ ਪਾਣੀ। ਤਾਂ ਪਾਣੀ 'ਤੇ ਅੱਜ ਗੱਲਬਾਤ ਹੋਈ ਆ, ਤਾਂ ਮੈਨੂੰ ਲੱਗਦਾ ਇਸ ਵੀਡੀਓ ਜ਼ਰੀਏ ਜਿੰਨੀ ਕੁ ਗੱਲ ਤੁਹਾਡੇ ਤੱਕ ਪਹੁੰਚੀ ਆ, ਤੁਸੀਂ ਜ਼ਰੂਰ ਪਾਣੀ ਵਾਲੇ ਮਸਲੇ 'ਤੇ ਗੌਰ ਕਰੋਗੇ, ਭਾਵੇਂ ਉਹ ਘਰਾਂ ਦੇ ਵਿੱਚ ਰਹਿ ਕੇ ਕਰੋ, ਭਾਵੇਂ ਘਰਾਂ ਤੋਂ ਬਾਹਰ ਜਾ ਕੇ ਕਰੋ। ਜੁੜੇ ਰਹੋ ਦੁਨੀਆ ਦੇ ਨਾਲ।